ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈੱਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਅਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀ ਆਏ ਜਾਂ ਸੁਧ ਪਵੰਦਾ ਕਾਜ ਸਵਾਰੀ ਹੈ ਜਾਂ ਤੁਧ ਪਵੰਦਾ ਲਾਜ ਰੱਖਦੀ ਲਾਜ ਰੱਖਦੀ ਲਾਜ ਰੱਖਦੀ ਮਾਲਕਾ ਮੇਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਲਟਾ ਅਸਰ ਹੈ। ਗੁਰਬਾਣੀ ਦਾ ਫਰਮਾਨ ਹੈ ਨਾ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ। ਮੇਰੇ ਮਾਲਕ ਨੇ, ਮੇਰੇ ਮੁਰਸ਼ਦ ਨੇ, ਮੇਰੇ ਅੱਲਾ, ਮੇਰੇ ਖੁਦਾ, ਮੇਰੇ ਰਹਿਬਰ ਨੇ ਕਿਰਪਾ ਕੀਤੀ ਇਸ ਪਰਿਵਾਰ ਤੇ, ਜੜ ਬੁਨਿਆਦਾਂ ਰੱਖੀਆਂ ਗਈਆਂ ਨੇ ਆਪਣੇ ਬੱਚਿਆਂ ਦੇ ਜਨਮ ਦੀ ਖੁਸ਼ੀ ਦੇ ਵਿੱਚ, ਜਿਹਨੂੰ ਪਿਆਰ ਨਾਲ ਲੋਹੜੀ ਦਾ ਤਿਉਹਾਰ ਵੀ ਕਹਿੰਦੇ ਆ, ਉਹ ਮਨਾ ਰਹੇ ਆ। ਔਰ ਸਾਡਾ ਭਾਗਾ ਵਾਲਾ ਬੱਚਾ ਕਾਕਾ ਮਹਿਤਾਬ ਸਿੰਘ ਔਰ ਤਕਦੀਰ ਕੌਰ ਕਿਉਂ ਔਰ ਕਾਕੇ ਦੇ ਡੈਡੀ ਜੀ ਸਾਬਤ ਸਰਦਾਰ ਗੁਰਵਿੰਦਰ ਸਿੰਘ ਜੀ ਔਰ ਸਤਿਕਾਰਯੋਗ ਕਾਕੇ ਦੇ ਮੰਮੀ ਜੀ ਬੀਰਪਾਲ ਕੌਰ ਔਰ ਸਤਿਕਾਰਯੋਗ ਕਾਕੇ ਦਾਦਾ ਜੀ ਜਗਦੇਵ ਸਿੰਘ ਔਰ ਦਾਦੀ ਜੀ ਹਰਜਿੰਦਰ ਕੌਰ ਔਰ ਸਤਿਕਾਰਯੋਗ ਦਾਦਾ ਜੀ ਜਿਹਨਾਂ ਦਾ ਹਮੇਸ਼ਾ ਸਾਡੇ ਨਾਲ ਆਸ਼ੀਰਵਾਦ ਰਿਹਾ ਔਰ ਰਹੂਗਾ, ਅੰਗਰੇਜ਼ ਸਿੰਘ ਜੀ ਔਰ ਦਾਦੀ ਜੀ ਬਲਜੀਤ ਕੌਰ, ਸਤਿਕਾਰਯੋਗ ਕਾਕੇ ਦੇ ਚਾਚਾ ਜੀ ਜਸਪ੍ਰੀਤ ਸਿੰਘ ਜੀ ਚੁੰਗ ਔਰ ਚਾਚੀ ਜੀ ਗਗਨਦੀਪ ਕੌਰ ਔਰ ਸਤਿਕਾਰਯੋਗ ਕਾਕੇ ਦੇ ਚਾਚਾ ਜੀ ਜਗਦੀਪ ਸਿੰਘ ਔਰ ਚਾਚੀ ਜੀ ਲਵਪ੍ਰੀਤ ਕੌਰ, ਚੀਮਾ ਪਰਿਵਾਰ, ਢੀਂਡਸਾ ਪਰਿਵਾਰ, ਗੁਰਬੇਲ ਸਿੰਘ ਜੀ ਕਨੇਡਾ,
ਜਿੰਨੀਆਂ ਮੇਰੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਬੱਚੇ ਜਿੰਨੇ ਵੀ ਆਏ ਨੇ ਖੁਸ਼ੀ ਦੇ ਮੌਕੇ ਤੇ ਇਹ ਖੁਸ਼ੀਆਂ ਨੂੰ ਚਾਰ ਚੰਨ ਲਾਉਣ ਦੀ ਖਾਤਰ ਤੁਸੀਂ ਆ ਕੇ ਜਿੱਥੇ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕੀਤੀ ਹੈ ਉੱਥੇ ਸਾਨੂੰ ਵੀ ਮਾਣ ਹੈ ਸਾਡੇ ਵੱਲੋਂ ਇਸ ਕੌਰ ਮੈਂਡੀ ਕਾਲਰਾਂ ਤੇ ਮਗਰ ਇੱਕ ਨਾਂ ਹੋਰ ਆਉਂਦਾ ਛੋਟਾ ਜਾਤਮਾ ਸਿੰਘ ਇਸ ਪਰਿਵਾਰ ਵੱਲੋਂ ਆਪ ਨੂੰ ਹਾਰਦਿਕ ਜੀ ਲੱਖ ਲੱਖ ਮੁਬਾਰਕਬਾਦ ਦੁਆਬਾ ਟੀਵੀ ਵੱਲੋਂ ਹਾਰਦਿਕ ਮੁਬਾਰਕਬਾਦ ਔਰ ਝਾਂਡੇ ਸਾਉਂਡ ਵੱਲੋਂ ਔਰ ਟੈਂਟ ਵਾਲੇ ਵੀਰਾਂ ਵੱਲੋਂ ਔਰ ਜਿਹਨਾਂ ਨੇ ਆ ਲਾਲ ਲਾਈਟਾਂ ਲਾਈਆਂ ਉਹਨਾਂ ਵੱਲੋਂ ਤੇ ਮੰਗੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਹੈ ਸੋ ਨਾਨਕਾ ਤੇ ਦਾਦਕਾ ਪਰਿਵਾਰ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਇਸ ਨਗਰ ਤੇ ਇਸ ਇਲਾਕੇ ਤੇ ਪਰਮਾਤਮਾ ਹਮੇਸ਼ਾ ਕਿਰਪਾ ਬਣਾਈ ਰੱਖਣ ਔਰ ਸਤਿਕਾਰਯੋਗ ਕਿਉਂਕਿ ਨਾਨਕਾ ਤਾਂ ਵਾਕਈ ਯਾਰ ਨਾਨਕਿਆਂ ਨੂੰ ਦੋ ਤੇ ਪਿਆਰੇ ਬਹੁਤ ਹੁੰਦੇ ਨੇ ਸਤਿਕਾਰਯੋਗ ਕਾਕੇ ਦੇ ਨਾਨਾ ਜੀ ਗੁਰਮਿੰਦਰ ਸਿੰਘ ਜੀ ਔਰ ਨਾਨੀ ਜੀ ਚਰਨਜੀਤ ਕੌਰ ਔਰ ਸਤਿਕਾਰਯੋਗ ਕਾਕੇ ਦੇ ਮਾਮਾ ਜੀ ਜਸਪ੍ਰੀਤ ਸਿੰਘ ਔਰ ਮਾਸੜ ਜੀ ਲਖਵੀਰ ਸਿੰਘ ਔਰ ਮਾਸੀ ਜੀ ਬੇਅੰਤ ਕੌਰ ਸਤਿਕਾਰਯੋਗ ਕਾਕੇ ਦੇ ਫੁੱਫੜ ਜੀ ਹਰਜਿੰਦਰ ਸਿੰਘ ਜੀ ਗੁਰਦੀਪ ਸਿੰਘ ਜੀ ਕੁਲਵਿੰਦਰ ਸਿੰਘ ਜੀ ਡਾਕਟਰ ਅਮਨਦੀਪ ਸਿੰਘ ਜੀ ਚੰਦ ਸਾਹਿਬ ਉਹਨਾਂ ਦਾ ਧੰਨਵਾਦ ਭੂਆ ਜੀ ਪ੍ਰਭਜੋਤ ਕੌਰ ਔਰ ਸਾਰਾ ਚਾਲ ਪਰਿਵਾਰ ਬੱਚਿਆਂ ਦੇ ਫੁੱਫੜ ਭੂਆ ਸਾਰਿਆਂ ਦਾ ਧੰਨਵਾਦ ਸੋ ਲਓ ਇਸ ਪਰਿਵਾਰ ਦੇ ਨਾਲ ਮੈਨੂੰ ਜੁੜ ਕੇ ਮੈਨੂੰ ਲੱਗਦਾ ਕਿ ਮੈਨੂੰ ਮਾਣ ਹੈ ਗੱਲਾਂ ਬਹੁਤ ਕਹਿੰਦੇ ਅਸੀਂ ਤੇਰੇ ਨਾਲ ਖੜੇ ਹਾਂ ਪਰ ਮੇਰੇ ਭਰਾਵਾਂ ਨੇ ਮੇਰੇ ਕੋਲ ਆ ਕੇ ਕੁਆੜੇ ਮੈਨੂੰ ਬਹੁਤ ਮਾਣ ਵਧਾਇਆ ਪਰ ਮੈਂ ਤੁਹਾਡਾ ਹਮੇਸ਼ਾ ਰਿਣੀ ਹਾਂ ਤੁਹਾਡੇ ਪਰਿਵਾਰ ਦਾ ਸਾਰਾ ਦਾ ਰਿਣੀ ਹਾਂ ਕਿ ਪਰਮਾਤਮਾ ਤੁਹਾਨੂੰ ਚੜ੍ਹਦੇ ਕਲਾ ਰੱਖੇ ਪਰਮਾਤਮਾ ਇਸ ਬੱਚੇ ਨੂੰ ਤਿੰਨ ਦੁੱਗਣੀ ਰਾਹ ਚੌਗਣੀ ਤਰੱਕੀ ਦੇਵੇ ਦੁਨੀਆਂ ਦੇ ਤਮਾਮ ਖੁਸ਼ੀ ਇਹਨਾਂ ਦੀ ਝੋਲੀ ਨਸੀਬ ਹੋਣ ਇਹਨਾਂ ਦਾ ਹਰ ਸਾਹ ਹਰ ਕਦਮ ਤਰੱਕੀ ਵੱਲ ਹੋਵੇ ਬੱਚੇ ਦੇ ਨਾਤੇ ਜ਼ੋਰਦਾਰ ਸਾਡਾ ਝਾਂਡੇ ਸੌਂ ਬੜੀ ਦੇਰ ਬਾਅਦ ਤੋਂ ਅੱਜ ਕੌਡਲੈਸ ਮੈਕ ਤੋਂ ਖਹਿੜਾ ਛੁੱਟਿਆ ਇਸ ਕਰਕੇ ਤੈਨੂੰ ਮੁਬਾਰਕਬਾਦ ਹੈ ਰੋਜ਼ ਭੁੱਲ ਕੇ ਆ ਜਾ ਕਰ ਇਹਦੇ ਵਿੱਚ ਪਿਓ ਪੁੱਤ ਤੇ ਬੰਨਦਾ ਪੱਗ ਤੇ ਲੱਗਦਾ ਪੁੱਤ ਬਰਾਬਰ ਦਾ ਤੰਦਰੁਸਤੀ ਮਾਲਕਾ ਬਖਸ਼ੀ ਮਿਹਨਤ ਤੋਂ ਮੈਂ ਨੀ ਘਬਰਦਾ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਰੱਬ ਸਭ ਨੂੰ ਦੇਵੇ ਹੁੰਦੇ ਭੂਆ ਨੂੰ ਭਤੀਜੇ ਪਿਆਰੇ ਤੇ ਭੂਆ ਕਹਿ ਕੇ ਮੱਥਾ ਟੇਕਦੇ
ਜਿਸ ਦਿਨ ਬੱਚਾ ਜਨਮ ਲੈਂਦਾ ਬੜਾ ਚਾਅ ਹੁੰਦਾ ਭੂਆ ਨੂੰ ਕਿ ਨੌ ਮੈਂ ਰੱਖਣਾ ਭਤੀਜੇ ਦਾ। ਜਦੋਂ ਨੌ ਜੀ ਦੀ ਤਿਆਰੀ ਹੋ ਜਾਂਦੀ ਹੈ ਵੀ ਨੌ ਕੀ ਰੱਖਿਆ, ਤੇ ਜਦ ਨੂੰ ਮੁੰਡੇ ਦੀ ਮਾਸੀ ਦਾ ਫੋਨ ਆਉਂਦਾ ਨਾਨਕਿਆਂ ਤੋਂ, ਜੀਜਾ ਜੀ ਫੋਨ ਨੌ ਤਾਂ ਮੈਂ ਰੱਖਣਾ, ਭੂਆ ਬੇਚਾਰੀ ਮੌਜ ਨਾਲ ਖੂੰਜੇ ਲੱਗ ਕੇ ਬਹਿ ਜਾਂਦੀ। ਇਸ ਕਰਕੇ ਭੂਆ ਨੂੰ ਵੀ ਮਾਣ ਹੋਣਾ ਚਾਹੀਦਾ, ਕਈ ਵਾਰ ਧੱਕਾ ਵੀ ਕਰ ਲਿਆ ਕਰੋ, ਕੋਈ ਗੱਲ ਨਹੀਂ। ਸੋ ਜਿਸ ਦਿਨ ਤੋਂ ਬੱਚਾ ਜਨਮ ਲੈਂਦਾ ਉਸੇ ਦਿਨ ਤੋਂ ਸਾਡੀਆਂ ਚਾਵਾਂ ਦੀਆਂ ਘੜੀਆਂ ਸ਼ੁਰੂ ਹੋ ਜਾਂਦੀਆਂ ਵੀ ਪਹਿਲਾਂ ਜਦੋਂ ਸਵਾ ਮਹੀਨੇ ਦਾ ਸਾਡਾ ਜਵਾਕ ਹੋ ਗਿਆ ਸੀ ਫਿਰ ਕੀ ਕਰਨਾ, ਤੇ ਜਦੋਂ ਬੱਚਾ ਸਾਡਾ 16 ਸਾਲ ਤੋਂ ਬਾਅਦ ਹੋ ਗਿਆ ਸੀ ਪੱਗ ਦੀ ਰਸਮ ਕਰਨੀ, ਤੇ ਜਦੋਂ ਬੱਚੇ ਦਾ ਅਸੀਂ ਕਿਤੇ ਸਾਗ ਕਰਨਾ ਫਿਰ ਰੂਪ ਭੰਗੜੇ ਪਾਉਣੇ ਆ, ਤੇ ਫਿਰ ਜਦੋਂ ਬੱਚੇ ਦੇ ਅੱਗੇ ਖਾਨਦਾਨ ਦੀ ਜੜ ਬੁਨਿਆਦ ਵਧਣੀ ਆ ਫਿਰ ਤਾਂ ਚਾਹੇ ਬਹੁਤ ਦਾ ਜ਼ੋਰਦਾਰ ਤਾੜੀ ਮਾਰਦੇ। ਪਿਓ ਪੁੱਤ ਤੇ ਬੰਨਦਾ ਪੱਗ ਤੇ ਲੱਗਦਾ ਪੁੱਤ ਬਰਾਬਰ ਦਾ, ਤੰਦਰੁਸਤੀ ਮਾਲਕਾ ਬਖਸ਼ੀ ਮਿਹਨਤ ਤੋਂ ਮੈਂ ਨੀ ਘਬਰਦਾ, ਪਿਓ ਪੁੱਤ ਦੇ ਬੰਨਦਾ ਪੱਗ ਤੇ ਲੱਗਦਾ ਪੁੱਤ ਬਰਾਬਰ ਦਾ। ਬਰਾਬਰ ਦਾ ਪਿਓ ਪੁੱਤ ਦੇ ਪਿਓ ਪੁੱਤ ਦੇ ਬੰਦਾ ਪੱਗ ਤੇ ਲੱਗਦਾ ਪੁੱਤ ਬਰਾਬਰ ਦਾ, ਤੰਦਰੁਸਤੀ ਬਾਲਕਾ ਬਖਸ਼ੀ ਤੰਦਰੁਸਤੀ ਬਾਲਕਾ ਬਖਸ਼ੀ ਮਿਹਨਤ ਤੋਂ ਮੈਂ ਨੀ ਘਬਰਦਾ, ਤੰਦਰੁਸਤੀ ਬਾਲਕਾ ਬਖਸ਼ੀ ਮਿਹਨਤ ਤੋਂ ਮੈਂ ਨੀ ਘਬਰਦਾ।
ਨੂੰ ਕਹਿੰਦੇ ਦੂਰੋਂ ਜਿਹੜਾ ਇਹ ਮੈਂ ਰਚਨਾ ਗਾ ਰਿਹਾ ਮੌਕੇ ਤੇ ਲਿਖ ਕੇ ਗਾ ਰਿਹਾ ਧੀਆਂ ਤੇ ਪੁੱਤਰਾਂ ਚ ਕਹਿੰਦੇ ਫਰਕ ਕੋਈ ਨਹੀਂ ਹੋਣਾ ਵੀ ਨਹੀਂ ਚਾਹੀਦਾ ਪਰ ਜੇ ਪੁੱਤ ਸੁੱਤਾ ਪਿਆ ਹੋਵੇ ਮਾਂ ਜਾ ਕੇ ਜਗਾਉਂਦੀ ਨਹੀਂ ਨਾ ਮੇਰਾ ਪੁੱਤ ਰਾਤ ਦਾ ਥੱਕਿਆ ਹੋਇਆ ਜੇਕਰ ਕਿਤੇ ਧੀ ਮਾੜੀ ਜੀ ਰੇਟ ਉੱਠ ਕੜ ਕਿਉਂ ਇੰਨਾ ਕੰਮ ਪਿਆ ਕੰਮ ਕੌਣ ਕਰੂ ਫਰਕ ਥੋੜਾ ਜਿਹਾ ਹੈਗਾ ਪਰ ਮੈਂ ਨਹੀਂ ਕਹਿੰਦਾ ਮੇਰੀ ਸੋਚ ਦੱਸਦੀ ਕੀ ਲਿਖਿਆ ਹੈ ਫਰਕ ਨੀ ਕਹਿਣ ਕਹਾਉਣ ਦੀਆਂ ਗੱਲਾਂ ਕਈਆਂ ਪੁੱਤਰਾਂ ਦੇ ਵਿੱਚ ਫਰਕ ਨੀ ਕਹਿਣ ਕਹਾਉਣ ਦੀਆਂ ਗੱਲਾਂ ਆਤਮੇ ਆਏ ਸੱਚੀ ਮਨ ਸਮਝਾਉਣ ਦੀਆਂ ਗੱਲਾਂ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਤੁਹਾਡੇ ਲਈ ਹੋਰ ਨਵਾਂ ਲਾਈਵ ਸ਼ੋਅ ਨਵਾਂ ਸੌਂਗ ਲੈ ਕੇ